Z5 ऐप डाउनलोड करो ते देखो पूरे एपिसोड बिल्कुल फ्री। ਪਹਿਲਾ ਬੰਦਾ ਵੇਖਿਆ ਜਿਹਨੂੰ ਤੁਰਨਾ ਵੀ ਨਹੀਂ ਆਉਂਦਾ, ਬਸ ਇੱਧਰ ਉੱਧਰ ਡੱਡੂ ਵਾਂਗ ਛਲਾਂਗਾ ਜੋ ਮਾਰਦਾ ਰਹਿੰਦਾ। ਕੀ ਕਿਹਾ ਸੀਗਾ ਤੂੰ ਮੰਮੀ ਜੀ ਨੂੰ ਕਿ 5 ਮਿੰਟਾਂ 'ਚ ਸਾਰਾ ਕੰਮ ਹੋ ਜਾਏਗਾ? ਕਰ ਦਿੱਤਾ ਨਾ ਸਾਰਾ ਕੰਮ ਖਰਾਬ। ਹੁਣ ਦੱਸ ਮੈਨੂੰ ਸਾਰਾ ਕੰਮ 5 ਮਿੰਟਾਂ ਦੇ ਵਿੱਚ ਕਿਵੇਂ ਹੋਏਗਾ? ਵਿਆਹ ਦੀ ਖੁਸ਼ੀ ਨਾ ਸਾਨੂੰ ਸਾਰਿਆਂ ਨੂੰ ਵੀ ਹੈ, ਪਰ ਇਹ ਤਾਂ ਮਤਲਬ ਇਹ ਨਹੀਂ ਕਿ ਅਸੀਂ ਆਪਣਾ ਹੋਸ਼ ਗਵਾ ਕੇ ਕੰਧਾਂ 'ਚ ਨਾ ਇੱਧਰ ਉੱਧਰ ਟੱਕਰਾਂ ਖਾਂਦੇ ਫਿਰਦੇ ਹਾਂ। ਖੈਰ ਮੈਂ ਵੀ ਕਿੰਨੂੰ ਸਮਝਾਉਂਦੀ ਪਈ ਹਾਂ, ਮੇਰੇ ਸਮਝਾਉਣ ਨਾਲ ਤੈਨੂੰ ਕੋਈ ਕੋਈ ਫਰਕ ਤਾਂ ਪੈਣਾ ਨਹੀਂ ਹੈ। ਵੈਸੇ ਸਰਗੁਣ ਜੀ, ਜੇ ਤੁਹਾਨੂੰ ਤਕਲੀਫ ਹੋ ਰਹੀ ਹੈ ਨਾ ਤੇ ਤੁਸੀਂ ਕਹਿ ਸਕਦੇ ਹੋ ਕਿ ਯੁਵਰਾਜ ਸਰਾ ਜੀ ਮੇਰੇ ਵਾਲ ਪਿੱਛੇ ਕਰਦੇ, ਸਿੰਪਲ ਹੈ। ਨਹੀਂ ਕੋਈ ਲੋੜ ਨਹੀਂ ਹੈ, ਮੈਂ ਆਪ ਹੀ ਕਰ ਲਾਂਗੀ। ਸਰਗੁਣ ਜੀ, ਸਰਗੁਣ ਜੀ ਰੁਕੋ, ਤੁਸੀਂ ਤੁਸੀਂ ਹੱਥ ਨਾ ਲਾਓ, ਰੁਕੋ ਮੈਂ ਕਰਦਾ। ਤੂੰ ਦੇਖ ਕੀ ਰਿਹਾ? ਮੇਰੀ ਅੱਖਾਂ ਸਾਫ ਕਰ। ਸਰਗੁਣ ਜੀ ਇੱਕ ਸੈਕਿੰਡ, ਅੱਖ ਖੋਲੋ। ਸਰਗੁਣ ਜੀ ਮੇਰੀ ਮੰਨੋ ਨਾ, ਤੁਸੀਂ ਜਾ ਕੇ ਨਾ ਆਪਣੀ ਅੱਖਾਂ 'ਚ ਨਾ ਠੰਡੇ ਪਾਣੀ ਦੇ ਛਿੱਟੇ ਮਾਰੋ, ਤੁਹਾਨੂੰ ਬਹੁਤ ਆਰਾਮ ਮਿਲੂਗਾ। ਹੈ ਸਭ ਦਾ ਕੀ ਹੈ, ਐਸਾ ਮੈਂ ਕਰ ਲੂੰਗਾ। ਨਹੀਂ ਮੈਂ ਕਰ ਲਾਂਗੀ। ਹੋ ਕਦੀ ਤਾਂ ਮੇਰੀ ਮੰਨ ਲਿਆ ਕਰੋ, ਚਲੋ ਜਾਓ। ਲੈ ਮੈਂ ਵੀ ਇਹਨਾਂ ਦੋਵਾਂ ਨੂੰ ਲੈ ਕੇ ਡਰੀ ਜਾ ਰਹੀ ਸੀ। ਇਹਨਾਂ ਵਿੱਚੋਂ ਇੱਕ ਦਾ ਸੁਭਾਅ ਬਾਬਾ ਭੋਲੇ ਭੰਡਾਰੀ ਵਰਗਾ, ਦੂਜੇ ਦਾ ਸ਼ਕਤੀ ਮਾਂ ਵਰਗਾ। ਇਹ ਦੋਵੇਂ ਜਦੋਂ ਇਕੱਠਿਆਂ ਕੋਈ ਕੰਮ ਕਰਨਗੇ ਤਾਂ ਉਹ ਕੰਮ ਕਿਵੇਂ ਗਲਤ ਹੋ ਸਕਦਾ? ਰੱਬ ਕਰੇ ਇਹਨਾਂ ਦੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਸੱਚੀ ਮੰਮੀ, ਪਰਫੈਕਟ ਕਪਲ ਹੈ ਇਹਨਾਂ ਦੋਵਾਂ ਦਾ। ਭਾਵੇਂ ਲੜਦੇ ਰਹਿਣ ਹਰ ਟਾਈਮ, ਪਰ ਇਹਨਾਂ ਦੀ ਤਾਂ ਮੈਨੂੰ ਲੜਾਈ ਚ ਵੀ ਸੱਚੀ ਪਿਆਰ ਹੀ ਦਿਖਦਾ। ਵੈਸੇ ਮੰਮੀ ਮੈਂ ਨਾ ਸੋਚ ਹੀ ਲਿਆ, ਜੇ ਮੈਨੂੰ ਘਰ ਵਾਲਾ ਚਾਹੀਦਾ ਨਾ ਤੇ ਉਹ ਸਿਰਫ ਯੁਵਰਾਜ ਜੀਜੂ ਵਰਗਾ। ਹਾਏ ਕੀ ਹਾਏ, ਭੱਜ ਇੱਥੋਂ, ਇਹ ਤੇਰੀ ਕੋਈ ਉਮਰ ਹੈ ਸਭ ਕੁਝ ਸੋਚਣ ਵਾਲੀ? ਆਈ ਵੱਡੀ ਘਰ ਵਾਲਾ ਲੱਭਣ ਵਾਲੀ, ਚੱਲ ਭੱਜ। ਸ਼ਧੈਣੀ ਆ। ਬੋਲ ਕੀ ਗੱਲ ਹੈ? ਬੀਬੀ ਜੀ, MLA ਦੇ ਕੋਲੋਂ ਕਾਗਜ਼ ਨਹੀਂ ਲੱਭੇ, ਤੁਹਾਡੇ ਘਰ ਦੇ ਕਾਗਜ਼ ਕਿਸੇ ਹੋਰ ਨੇ ਚੋਰੀ ਕੀਤੇ ਨੇ। ਰਜਿੰਦਰ, ਮੈਂ ਕਹਿੰਦਾ ਆਪਾਂ ਪੁਲਿਸ ਨੂੰ ਖਬਰ ਕਰ ਹੀ ਦਿੰਦੇ ਹਾਂ। ਘਰ ਦੇ ਪੇਪਰ ਚੋਰੀ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਹਜਿੰਦਰ ਪਟਲ ਦੀ ਅਲਮਾਰੀ ਦੇ ਲੋਕਰ ਵਿੱਚੋਂ ਚੋਰੀ ਕਰਨੀ
मतलब कि शेरनी दे मुंह विच हथ पान नालों भी ज्यादा वड्डी गलती करनी। ए जेड़ा भी है ना इन्हें मेरे नाल आप दुश्मनी मोल ली है ते मैं उसकी इस गलती नू कदी माफ नहीं करांगी, कदे भी नहीं। ते इस लई हजिंदर पठन नू उस चोर नू फड़न दे लई किसी भी पुलिस वाले की लोड़ नहीं, मैं अपने तरीके नाल उस चोर नू फड़ांगी ते उस नू उसदे किते दी सजा भी दवांगी। नाम बड़े ते दर्शन छोटे, ये बीबी जी का मुंडा था इन्नी वड्डी वड्डी गल्ला करके गया सी, अजे तक तो हल्दी लेके नहीं मुड़िया। अजकल दे मुंडे ना बस गल्ला दी खटिया खांदे ने। सही कहा, तो सानू ना उस ते विश्वास करना नहीं चाहिदा सी। लोग पहला तो मुंडे वाले दी किन्नी औ भगत करदे सी, आशा दे परिवार नू ना जमा ही तमीज है नहीं भी कोई आके पुछ ले भी तुहाडी हल्दी होगी कि नहीं होगी, पर ना इन्हां नू तो जमा ही है नहीं ना भी गलती नाल भी किसी ने आके साड़ी सार तक नहीं ली हाले तक। समर पुत्र तू यही हल्दी लगा ले बेटा, देख तेरी मां ने अपने हत्था नाल पीसी है ते नाले तू कद तक इंतजार करेगा। नहीं मम्मी जी, हल्दी तो मैं सानवी वाली ही लावांगा। ठीक है, फिर मैनू लगता है कि मैनू आप ही कुड़ी वाले दे कोल जाना पेगा हल्दी मंगन लई। नहीं नहीं, ए तू की कह रही है, अपनी बरादरी बारे का सोच, किन्ने रिश्तेदार आए बैठे ने की सोचणगे साडे बारे, भई साडा तो इन्हां नूं ख्याल ही नहीं अपनी हल्दी दी। पई है इन्हां नूं। अच्छा फिर तुसीं दसो मैं की करां हुण, इहदी जिद दे अगे मैं हाथे हाथ रख के तो नहीं बह सकदी। Z5 ऐप डाउनलोड करो ते वेखो सारे एपिसोड बिल्कुल फ्री।